ਇੰਟਰਵਿਊ ਵਾਲੇ ਜਿਹੜੇ ਤੁਹਾਡੇ ਵੀਜ਼ਾ ਐਪਲੀਕੇਸ਼ਨਸ ਨੇ ਉਹ ਜ਼ਿਆਦਾ ਸਟਰੋਂਗ ਨੇ ਔਰ ਉਹ 'ਚ ਵੀਜ਼ਾ ਆਉਣ ਦੇ ਚਾਂਸਸ ਬਹੁਤ ਜ਼ਿਆਦਾ ਨੇ। ਅਸੀਂ ਫੇਲ ਤਾਂ ਹੁੰਦੇ ਹਾਂ ਬਿਕੋਜ਼ ਸਾਨੂੰ ਐਗਜ਼ੈਕਟਲੀ ਇਹ ਨਹੀਂ ਪਤਾ ਕਿ ਅਸੀਂ ਉੱਥੇ ਸਿੱਧ ਕਰਨ ਕੀ ਜਾਣਾ। ਦੇਖੋ ਦੋ ਅਸੀਂ ਕੇਸ ਸਟੱਡੀਜ਼ ਲੈਂਦੇ ਹਾਂ, ਇੱਕ ਪਾਸੇ ਤੁਹਾਡਾ ਕੇਸ ਹੈਗਾ ਜਿਹਦੇ 'ਚ ਕਿ ਤੁਹਾਡੇ ਕੋਲ ਹਰ ਇੱਕ ਚੀਜ਼ ਸਾਨੂੰ ਆਪਾਂ ਫਾਈਲ ਦੇ ਰੂਪ ਵਿੱਚ ਆਹ ਕਾਗਜ਼ ਆ ਕਾਗਜ਼ ਆ ਕਾਗਜ਼ ਆ ਕਾਗਜ਼, ਦੂਸਰੇ ਪਾਸੇ ਤੁਹਾਡੇ ਕੋਲ ਇੱਕ ਐਪਲੀਕੇਸ਼ਨ ਆ, ਤੁਸੀਂ ਇੰਟਰਵਿਊ ਦੇ ਉੱਪਰ ਜਾ ਰਹੇ ਸਟ ਤੁਹਾਡਾ ਹੱਥ 'ਚ ਉਹੀ ਚੀਜ਼ਾਂ ਨੇ। ਇਸ ਚੀਜ਼ ਨੂੰ ਵੀਜ਼ਾ ਆਫੀਸਰ ਦੇਖੇਗਾ ਕਿ ਯਾਰ ਇਸ ਬੱਚੇ ਦੇ ਕੋਲ ਇਸ ਇੱਕ ਨੰਬਰ ਘੱਟ ਗਿਆ, ਇਸ ਵਿੱਚ ਇੱਕ ਨੰਬਰ ਘੱਟ ਗਿਆ ਔਰ ਇਹਦਾ ਫੈਸਲਾ ਲੈ ਲਿਆ ਕਿ ਮੈਂ ਨੈਗੇਟਿਵ ਕਰਦਾ ਇਸ ਐਪਲੀਕੇਸ਼ਨ ਨੂੰ। ਇਸ ਐਪਲੀਕੇਸ਼ਨ ਦੇ ਵਿੱਚ ਕੀ ਹੋ ਰਿਹਾ ਕਿ ਅਗਰ ਤੁਸੀਂ ਵੀਜ਼ਾ ਆਫੀਸਰ ਦੇ ਕੋਲ ਗਏ ਹੋ, ਤੁਹਾਡੇ ਨਾਲ ਇੱਕ ਵਕੀਲ ਗਿਆ ਕੇਸ ਦੇ ਵਿੱਚ, ਕਿਹਦੇ ਰੂਪ 'ਚ, ਤੁਹਾਡੇ ਰੂਪ ਦੇ ਵਿੱਚ। ਸੋ ਇੱਕ ਵਕੀਲ ਤੁਹਾਡਾ ਕੇਸ ਪੇਸ਼ ਕਰ ਰਿਹਾ ਵੀਜ਼ਾ ਆਫੀਸਰ ਦੇ ਅੱਗੇ, ਜਿਹਦੇ 'ਚ ਕਿ ਅਗਰ ਕੋਈ ਚੀਜ਼ ਦੀ ਪੂਰਨਤਾ ਹੀ ਹੈਗੀ, ਅਗਰ ਕਿਸੇ ਚੀਜ਼ ਦੀ ਕੋਈ ਕਮੀ ਹੈਗੀ ਆ, ਤੇ ਉਹਨੂੰ ਉਹ ਵਕੀਲ ਮੌਕੇ ਤੇ ਜਵਾਬ ਦੇ ਦੇਗਾ ਕਿ ਅਗਰ ਕੋਈ ਚੀਜ਼ ਘਟ ਗਈ, ਹਾਂਜੀ ਉਸ ਦਿਨ ਮੇਰਾ ਪੇਪਰ ਕੋਈ ਚੰਗਾ ਨਹੀਂ ਹੋਇਆ ਸੀ, ਬਟ ਅਦਰਵਾਈਜ਼ ਆਮ ਗੁੱਡ ਐਪਲੀਕੈਂਟ। ਸੋ ਕੋਈ ਵੀ ਚੀਜ਼ ਨੂੰ ਸਿੱਧ ਕਰਨਾ ਇੱਥੋਂ ਬਹੁਤ ਜ਼ਿਆਦਾ ਈਜ਼ੀ ਹੁੰਦਾ ਹੈ, ਪਰ ਉਹਦੇ ਲਈ ਚਾਹੀਦਾ ਕੀ ਆ, ਕਲੈਰਿਟੀ ਆਫ ਥਾਟ ਵਿਲ ਲੀਡ ਟੂ ਕਲੈਰਿਟੀ ਆਫ ਐਕਸਪ੍ਰੈਸ਼ਨ। ਸੋ ਅਗਰ ਇੱਥੇ ਸਮਝ ਹੈਗੀ ਆ ਤੇ ਇੱਥੋਂ ਬਾਹਰ ਦਿਖਾਉਣੀ ਕੁਛ ਮੁਸ਼ਕਲ ਨਹੀਂ ਹੈਗੀ। ਸੋ ਇੰਟਰਵਿਊ ਬੇਸਡ ਵੀਜ਼ਾਸ ਜ਼ਿਆਦਾ ਸਟਰੋਂਗ ਨੇ, ਉਹ ਐਪਲੀਕੇਸ਼ਨਸ ਜ਼ਿਆਦਾ ਸਟਰੋਂਗ ਨੇ। ਸੋ ਸਾਡੇ ਸਟੂਡੈਂਟਸ ਪੜ੍ਹੇ ਲਿਖੇ ਨੇ, ਉਹਨਾਂ ਨਾਲ ਦੀ ਲੋੜ ਹੈ ਨਹੀਂ, ਸੋ ਯੂ ਕੈਨ ਰਿਨਿਊ ਯਰ ਵੀਜ਼ਾਸ। ਹਾਂ ਉਸ ਇੰਟਰਵਿਊ ਦੇ ਵਿੱਚ ਪੁੱਛਣਾ ਕੀ ਆ, ਦੱਸਣਾ ਕੀ ਆ, ਇਹ ਜ਼ਰੂਰ ਰਿਸਰਚ ਦਾ ਵਿਸ਼ਾ ਰਹੇਗਾ। ਸੋ ਉਹਦੇ ਲਈ ਆਪਣੀ ਜਾਣਕਾਰੀ ਤਿਆਰੀ ਕਰੋ, ਆਪਣੀ ਕੋਈ ਵੀ ਚੀਜ਼ ਪੁੱਛਣੀ ਹੈ ਮੈਨੂੰ ਆ ਕੇ ਪੁੱਛ ਸਕਦੇ ਹੋ। ਸੋ ਉਹਦੀ ਰਿਸਰਚ ਕਰੋ, ਜਿੰਨੀ ਰਿਸਰਚ ਕਰੋਗੇ ਉਨਾ ਹੀ ਤੁਹਾਨੂੰ ਵੀਜ਼ਾ ਦੇ ਨੇੜੇ ਪਹੁੰਚ ਐਪਲੀਕੇਸ਼ਨ ਚਲੇ ਜਾਏਗੀ। ਕਰੋ ਪੜ੍ਹਾਈ ਨੀਦਰਲੈਂਡ ਵਿੱਚ, ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ। ਆਪਣੇ ਬਾਹਰ ਜਾਣ ਦੀ ਰਾਵਾਂ ਨੂੰ ਸਾਕਾਰ ਕਰਨ ਲਈ ਅੱਜ ਹੀ ਮਿਲੋ ਰਾਇਲ ਟ੍ਰੈਵਲਸ। ਵਧੇਰੇ ਜਾਣਕਾਰੀ ਲਈ ਅੱਜ ਹੀ ਪਹੁੰਚੋ 165 ਡਿਫੈਂਸ ਕਲੋਨੀ ਜਲੰਧਰ, ਜਾਂ ਕਾਲ ਕਰੋ 92168 92168 ਤੇ। ਵੀ ਬਿਲੀਵ ਦੈਟ ਵੀਜ਼ਾ ਇਜ਼ ਸਾਇੰਸ, ਸੋ ਨੋ ਦ ਸਾਇੰਸ ਆਫ ਵੀਜ਼ਾ।